ਉਹ ਪ੍ਰੇਮ ਦੇ ਵਸ ਵਿੱਚ ਨੇ, ਉਹਨੇ ਭੀਲੜੀ ਦੇ ਝੂਠੇ ਬੇਰ ਵੀ ਖਾਧੇ, ਆਇਆ ਨਾ ਪ੍ਰਮਾਣ, ਉਹ ਪ੍ਰੇਮ ਦਾ ਭੁੱਖ ਹੈ। ਤੇ ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੋਹਰ ਲਾਉਣੀ ਪਈ। ਪੜ੍ਹੀਏ ਜਰਾ ਪਿਆਰ ਨਾਲ, ਜਿਨ ਪ੍ਰੇਮ ਕੀਓ ਤਿਨ ਪ੍ਰਭ ਪਾਇਓ ਹੈ, ਜਿਨ ਪ੍ਰੇਮ ਕੀਓ ਤਿਨ ਪ੍ਰਭ ਪਾਇਓ ਹੈ, ਜਿਨ ਕੀਓ। ਹਾਂ ਪੜ੍ਹੋ ਪਿਆਰ ਨਾਲ, ਜਿਨ ਪ੍ਰੇਮ ਸੱਚ ਹੈ, ਜਿਨ ਪ੍ਰੇਮ ਕੀਓ ਤਿਨ ਪ੍ਰਭ ਪਾਇਓ ਹੈ, ਜਿਨ ਪ੍ਰੇਮ ਕੀਓ ਤਿਨ ਪ੍ਰਭ ਪਾਇਓ ਹੈ, ਜਿਨ ਤਿਨ ਪ੍ਰਭ ਜਿਨ ਪ੍ਰੇਮ ਤੇ। ਕਿੱਡੀ ਕਮਾਲ ਦੀ ਗੱਲ ਪਾਤਸ਼ਾਹ ਜੀ ਕਹਿ ਗਏ ਨੇ, ਸਾਚ ਕਹੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲੀਆਂ ਵਾਲੇ ਪਾਤਸ਼ਾਹ ਕਹਿੰਦੇ, ਗੱਲ ਮੈਂ ਸੱਚੀ ਕਹਿਣਾ। ਉਹ ਦੁਨੀਆਂ ਦਾ ਕੋਈ ਬੰਦਾ ਕਹਿ ਸਕਦਾ ਕਦੇ ਕਾਲੀਆਂ ਵਾਲੇ ਨੇ ਝੂਠ ਬੋਲਿਆ ਹੋਣਾ? ਉਹ ਤਾਂ ਸਰੂਪ ਹੀ ਸੱਚ ਦਾ, ਉਹ ਤਾਂ ਮੂਰਤ ਹੀ ਸੱਚ ਦੀ। ਪਰ ਸਾਨੂੰ ਵਿਸ਼ਵਾਸ ਦਿਵਾਉਣ ਵਾਸਤੇ, ਸਾਨੂੰ ਦ੍ਰਿੜ ਕਰਾਉਣ ਵਾਸਤੇ ਵੀ ਗੱਲ ਇਹ ਸੱਚੀ ਮੰਨਿਓ, ਪੱਕੀ ਮੰਨਿਓ। ਜਿਵੇਂ ਆਪਾਂ ਕਿਸੇ ਨੂੰ ਯਕੀਨ ਦਿਵਾਉਣ ਵਾਸਤੇ ਕਹਿੰਦੇ, ਗੱਲ ਮੇਰੀ ਗੱਲ ਮੰਨ ਲੈ, ਮੈਂ ਸੱਚੀ ਕਹਿਣਾ, ਇਹ ਮੈਂ ਸੱਚ ਕਹਿ ਰਿਹਾ ਤੈਨੂੰ, ਵੀ ਯਕੀਨ ਆ ਜਾਵੇ ਅਗਲੇ ਨੂੰ। ਬਾਅਦ ਕਹਿੰਦਾ ਦੁਨੀਆਂ ਵਾਲਿਓ, ਯਕੀਨ ਕਰ ਲਿਓ ਗੱਲ ਸੱਚੀ ਹੈ, ਰੱਬ ਉਸੇ ਨੂੰ ਮਿਲਿਆ ਜਿਹਨੇ ਪ੍ਰੇਮ ਕੀਤਾ। ਜਿਖੇ ਆਖੋ ਸਤ, ਭਾਵੇਂ ਉਹ ਭਗਤ ਰਵਿਦਾਸ ਜੀ ਕੁੱਲੀ 'ਚ ਬੈਠੇ ਜੁੱਤੀਆਂ ਗੰਢਦੇ ਸੀ, ਉੱਥੇ ਵੀ ਰੱਬ ਆ ਗਿਆ, ਜੁੱਤੀ ਗੰਢਾਉਣ ਆ ਗਿਆ, ਉੱਥੇ ਪ੍ਰੇਮ ਸੀ। ਨਾਮਦੇਵ ਦੀ ਕੁੱਲੀ 'ਚ ਆ ਗਏ, ਉਹਦੀਆਂ ਰੋਟੀਆਂ ਖਾਣ ਆ ਗਏ, ਕੁੱਤੇ ਦਾ ਰੂਪ ਧਾਰ ਕੇ ਆ ਗਏ, ਉੱਥੇ ਪ੍ਰੇਮ ਸੀ। ਕਿੱਥੇ ਨਹੀਂ ਆਏ ਭਗਤ ਧੰਨੇ ਦਾ ਖੂਹ ਚਲਾਇਆ, ਹਲਟ ਚਲਾਇਆ, ਹਲ ਵਾਹੇ, ਉਹਦੀਆਂ ਰੋਟੀਆਂ ਖਾਧੀਆਂ, ਰੁੱਖੀਆਂ ਮਿਸੀਆਂ। ਜਿੱਥੇ ਪ੍ਰੇਮ ਹੈ ਉੱਥੇ ਆਉਂਦਾ ਹੈ, ਜੇ ਜਿੱਥੇ ਨਹੀਂ ਪ੍ਰੇਮ, ਦੁਰਯੋਧਨ ਵਰਗੇ ਦੇ 36 ਪਦਾਰਥ ਬਣੇ ਬਣਾਏ ਪਈ ਠੰਡੇ ਹੋ ਜਾਂਦੇ ਨੇ, ਜਾਂਦੇ ਹੀ ਨਹੀਂ। ਉਹ ਭੁੱਖਾ ਹੈ ਪ੍ਰੇਮ ਦਾ। ਹੁਣ ਇੱਥੇ ਉਹੀ ਬਚਨ ਮਹਾਰਾਜ ਕਰਦੇ ਨੇ, ਭਗਤ ਬਛਲ ਪਾਓ ਭੇਖ, ਭੋਜਨ ਤੇ ਘਰ ਪਾਵੇ। ਉਹ ਹਮੇਸ਼ਾ ਸੇਵਕਾਂ ਦੇ ਅਧੀਨ ਹੈ, ਉਹ ਕਦੇ ਜਾਤ ਕਜਾਤ ਨਹੀਂ ਵੇਖਦਾ, ਉੱਚਾ ਨੀਵਾਂ ਨਹੀਂ ਵੇਖਦਾ, ਉਹ ਪ੍ਰੇਮਾ ਭਗਤੀ ਵੇਖਦਾ। ਦਿਜ ਖਤਰੀ ਤਜ ਬੈਸ ਤਹਾਂ ਕੇ ਸੂਦਰ ਹੁਤੋ ਤਖਾਨਾ। ਹੁਣ ਉਹ ਸਮੇਂ ਬ੍ਰਾਹਮਣ ਖੱਤਰੀ ਵੈਸ ਛੱਡ ਕੇ ਇਹ ਸੂਦਰ ਤਰਖਾਣ ਦੇ ਪਾਸ ਰਹਿੰਦੇ ਨੇ। ਜਿਹੜੇ ਤਰਖਾਣ ਸੀ ਭਾਈ, ਉਹ ਸੂਦਰ ਸ਼੍ਰੇਣੀ 'ਚ ਗਿਣੇ ਗਏ ਸੀ, ਸੂਦਰ ਸ਼੍ਰੇਣੀ 'ਚ। ਅੱਜ ਵੀ ਹਿੰਦੁਸਤਾਨ ਦੇ ਗੁਰਮੁਖੋ ਕੱਟੜ ਪੰਥੀਆਂ ਨੇ ਅੱਜ ਵੀ ਕੈਟਾਗਰੀਆਂ ਬਣਾਈਆਂ, ਕੋਈ ਸਿੱਖੋ ਤੁਹਾਨੂੰ ਵੀ ਸੂਦਰ ਜਾਤੀ 'ਚ ਰੱਖਿਆ। ਗਿਆਨੀ, ਬੋਧੀ, ਪਾਰਸੀ, ਮੁਸਲਮਾਨ, ਈਸਾਈ, ਇਹ ਸੂਦਰ ਗਿਣਤੀ ਕੈਟਾਗਰੀ 'ਚ ਰੱਖੇ ਗਏ ਨੇ। ਇੱਕ ਬ੍ਰਾਹਮਣ ਹੈ ਜਿਹੜਾ ਸੱਚਾ ਸੁੱਚਾ, ਜਿੱਥੇ ਆਖੋ ਸਾਦਰਾ, ਉਹੀ ਮਹਾਨ ਹੈ। ਇਹ ਅੱਜ ਦੀ ਗੱਲ ਹੈ, ਪੁਰਾਣੀਆਂ ਗੱਲਾਂ ਛੱਡੋ, ਪੁਰਾਣੇ ਗ੍ਰੰਥਾਂ ਦੀਆਂ, ਅੱਜ ਚੱਲ ਰਹੀ ਹੈ ਗੱਲ ਹਿੰਦੁਸਤਾਨ 'ਚ ਇਹ, ਵੀ ਜਿਹੜਾ ਹਿੰਦੂ ਹੈ ਉਹ ਪਵਿੱਤਰ ਹੈ, ਉਹ ਮਹਾਨ ਹੈ, ਬਾਕੀ ਸਾਰੇ ਉਹਦੇ ਥੱਲੇ ਹੀ ਨੇ।
ਉਹ ਕਾਲੀਆਂ ਵਾਲੇ ਨੇ ਜਿਹੜਾ ਸਾਨੂੰ ਦਿੱਤੀਆਂ ਸਰਦਾਰੀਆਂ ਨੂੰ ਕੋਈ ਥੱਲੇ ਨਹੀਂ ਲਾ ਸਕਦਾ। ਕਾਲੀਆਂ ਵਾਲੇ ਮੋਹਰ ਲਾ ਗਏ। ਮਹਾਰਾਜ ਕਹਿੰਦੇ ਜਿਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ। ਜਿਨ੍ਹਾਂ ਦੇ ਕਦੇ ਵੀ ਦਾਦੇ ਲਾਹੀ ਤੋਂ ਕਿਸੇ ਪੁਸਤਾਂ ਦੇ ਵਿੱਚ ਕਦੇ ਸਰਦਾਰ ਨਹੀਂ ਸੀ ਕਿਹਾ ਗਿਆ। ਤਿੰਨ ਹੀ ਕੋ ਸਰਦਾਰ ਬਣਾਉਂ ਤਵੇ ਗੋਬਿੰਦ ਸਿੰਘ ਨਾਮ ਕਮਾ। ਤਾਂ ਉਹ ਸਰਦਾਰ ਬਣਾਓ ਜਿਹਨੂੰ ਸਰਦਾਰ ਕਦੇ ਕੋਈ ਭੁੱਲ ਕੇ ਵੀ ਨਹੀਂ ਕਹਿੰਦਾ ਸੀ। ਬਣਾਏ ਨੇ ਉਹੀ ਨਾਈ ਛੀਂਬੇ ਝੋਰ ਜਿਹਦੇ ਨੇ ਅੰਮ੍ਰਿਤ ਛਕਾਇਆ। ਇੱਕ ਖੱਤਰੀ, ਇੱਕ ਜੱਟ, ਇੱਕ ਨਾਈ, ਇੱਕ ਛੀਂਬਾ, ਇੱਕ ਝੋਰ, ਜਿਹਨਾਂ ਨੂੰ ਉਦੋਂ ਟੋਟਲੀ ਸ਼ੂਦਰ ਕਿਹਾ ਜਾਂਦਾ ਸੀ। ਮਹਾਰਾਜ ਬਣਾ ਤੇ ਸਰਦਾਰ, ਦੁਨੀਆ ਝੁਕਦੀ ਹੈ ਸਾਹਮਣੇ। ਪਿਆਰਿਆਂ ਦਰਜਾ ਦੇਤਾ ਪੰਜ ਪਿਆਰੇ, ਸਰਦਾਰੀਆਂ ਬਖਸ਼ੀਆਂ ਸਾਨੂੰ ਗੁਰਸਿੱਖੋ, ਸਰਦਾਰੀਆਂ ਸਾਂਭ ਕੇ ਰੱਖੀ ਆਪਾਂ। ਮਹਾਰਾਜ ਕਹਿੰਦੇ ਇਨ ਗਰੀਬਨ ਕੋ ਦੇਉ ਪਾਤਸ਼ਾਹੀ। ਮੈਂ ਗਰੀਬਾਂ ਨੂੰ ਬਾਦਸ਼ਾਹੀ ਦੇ ਕੇ ਜਾਊਂਗਾ। ਯਾਦ ਰੱਖੇ ਮੇਰੀ ਗੁਰਿਆਈ, ਲੋਕ ਕੀ ਯਾਦ ਕਰਨਗੇ ਵੀ ਕਾਲੀਆਂ ਵਾਲਾ ਆਇਆ ਸੀ। ਗਰੀਬਾਂ ਨੂੰ ਸਰਦਾਰ ਬਣਾ ਕੇ ਜਾਊਂ, ਤੁਹਾਨੂੰ ਬਣਾਤਾ ਸਰਦਾਰ। ਅੱਜ ਤੁਹਾਡੇ ਪੱਲੇ ਨਾ ਹੋਵੇ ਧੇਲਾ, ਜੇਬ ਹੋਵੇ ਖਾਲੀ, ਤੁਸੀਂ ਸਿੱਖੀ ਸਰੂਪ 'ਚ ਕਿਤੇ ਜਾ ਰਹੇ ਹੋਵੋ, ਬੁਲਾਉਣ ਵਾਲਾ ਕਹੂਗਾ ਸਰਦਾਰ ਜੀ ਕਿੱਥੇ ਚੱਲੇ ਹੋ, ਅਜਖੇ ਆਖੋ ਸਤ। ਭਾਵੇਂ ਜੋ ਤੁਸੀਂ ਘਰੋਂ ਗਰੀਬ ਹੋਵੋ, ਕੁੱਲੀ 'ਚ ਰਹਿੰਦੇ ਹੋਵੋ, ਤੁਹਾਡਾ ਸਰੂਪ ਦੇਖ ਕੇ, ਦਸਤਾਰ ਦੇਖ ਕੇ ਕਹਿ ਦੇਣਾ ਸਰਦਾਰ ਜੀ ਕਿਵੇਂ ਹੋ, ਠੀਕ ਹੋ। ਕਿੱਡੀ ਵੱਡੀ ਦਾਤ ਬਖਸ਼ੀ ਅਕਾਲੀਆਂ ਵਾਲੇ ਨੇ, ਸਾਂਭ ਕੇ ਰੱਖਿਓ ਸਰਦਾਰੀਆਂ, ਰੋੜ ਨਾ ਦਿਓ ਕਿਤੇ। ਸੋ ਗੁਰੂ ਪਿਆਰਿਓ, ਮਹਾਰਾਜ ਉਸ ਸਮੇਂ ਜਿਹੜੇ ਉੱਥੇ ਉਹ ਸਹਿਤ ਰਹੇ ਸੀ, ਬ੍ਰਾਹਮਣ ਵੀ ਰਹਿੰਦੇ ਸੀ, ਖੱਤਰੀ, ਵੈਸ, ਇਹ ਤਿੰਨ ਉੱਚੀਆਂ ਸ਼੍ਰੇਣੀਆਂ ਨੇ। ਇਹ ਮਨੂ ਸਿਮਰਤੀ ਨੇ ਬਣਾਈ ਨੇ ਚਾਰ ਕੈਟਾਗਰੀਆਂ। ਮਨੂ ਜੀ ਨੇ ਮਨੂ ਸਿਮਰਤੀ ਨਾਂ ਦਾ ਗ੍ਰੰਥ ਲਿਖੇ, ਅੱਗੇ ਵੀ ਹਵਾਲਾ ਤੁਹਾਨੂੰ ਮੈਂ ਦਿੰਦੇ ਹੁੰਦੇ। ਉਹ 'ਚ ਉਹਨੇ ਚਾਰ ਸ਼੍ਰੇਣੀਆਂ ਬਣਾਤੀਆਂ। ਸਭ ਤੋਂ ਵੱਡਾ ਬ੍ਰਾਹਮਣ, ਉਸ ਤੋਂ ਦੂਸਰਾ ਖੱਤਰੀ, ਤੀਸਰੇ 'ਤੇ ਵੈਸ, ਚੌਥੇ 'ਤੇ ਸ਼ੂਦਰ। ਚਾਰ ਸ਼੍ਰੇਣੀਆਂ ਬਣਾਤੀਆਂ, ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ ਇਹ। ਅਤੇ ਉਹਨਾਂ ਨੂੰ ਫਿਰ ਦਰਜਾ ਵੀ ਦਿੱਤਾ, ਰੈਂਕ ਵੀ ਦਿੱਤੇ, ਉਹਨਾਂ ਨੂੰ ਪਦਵੀ, ਪਾਵਰ ਕਿਹੜੀ ਕਿਹੜੀ ਉਹਨਾਂ ਕੋਲ। ਜਿਹੜਾ ਬ੍ਰਾਹਮਣ ਹੈ ਸਭ ਤੋਂ ਵੱਡਾ, ਪੂਜਾ ਕਰਾਊਗਾ, ਉਹਨੂੰ ਸਾਰੇ ਪੂਜਣਗੇ, ਮੱਥੇ ਟੇਕਣਗੇ, ਚੜਾਵਾ ਚੜਾਉਣਗੇ ਉਹਨੂੰ। ਉਹ ਵੇਦ ਸ਼ਾਸਤਰ ਪੜ੍ਹ ਵੀ ਸਕਦਾ ਅਤੇ ਪੜ੍ਹਾ ਵੀ ਸਕਦਾ, ਕਥਾ ਵੀ ਕਰ ਸਕਦਾ। ਉਹ 'ਚ ਉਹਨੂੰ ਡਿਊਟੀ ਹੈ, ਉਹਦੇ ਵਿੱਚ ਪਾਵਰ ਹੈ, ਉਹਨੂੰ ਹੱਕ ਹੈ। ਪਰ ਜਿਹੜਾ ਦੂਜੇ ਨੰਬਰ 'ਤੇ ਹੈ ਖੱਤਰੀ, ਉਹ ਸ਼ਸਤਰਧਾਰੀ ਹੋਊਗਾ, ਉਹ ਰਾਖੀ ਕਰੂਗਾ, ਪਰ ਉਹ ਵੇਦ ਸ਼ਾਸਤਰ ਪੜ੍ਹ ਸਕਦਾ, ਪੜ੍ਹਾ ਨਹੀਂ ਸਕਦਾ, ਕਥਾ ਨਹੀਂ ਕਰ ਸਕਦਾ, ਪੜ੍ਹ ਸਕਦਾ ਜ਼ਰੂਰ। ਤੀਜਾ ਆ ਗਿਆ ਵੈਸ। ਵੈਸ ਕਹਿੰਦੇ ਨੇ ਕਿਰਤੀ, ਉਹ 'ਚ ਆਪਾਂ ਸਾਰੇ ਆਉਂਦੇ, ਕਿਰਤ ਕਰਨ ਵਾਲੇ। ਉਹਨੇ ਕਿਰਤ ਕਰਨੀ ਹੈ, ਅੰਨ ਪੈਦਾ ਕਰਕੇ ਸਭ ਨੂੰ ਖਿਲਾਉਣਾ, ਇਹ ਆਪਣੀ ਸਭ ਦੀ ਡਿਊਟੀ ਹੈ, ਕਿਰਤੀ ਆ ਵੈਸ। ਪਰ ਉਹ ਵੇਦ ਸ਼ਾਸਤਰ ਪੜ੍ਹ ਵੀ ਨਹੀਂ ਸਕਦਾ, ਕੇਵਲ ਸੁਣ ਸਕਦਾ। ਉਹ ਜਿੱਥੇ ਕਥਾ ਹੁੰਦੀ ਹੋਵੇ, ਬ੍ਰਾਹਮਣ ਕਥਾ ਕਰਦਾ ਹੋਵੇ, ਪੰਡਿਤ ਬਹਿ ਕੇ ਸੁਣ ਲੂ, ਨਾ ਪੜ੍ਹ ਸਕਦਾ, ਨਾ ਅੱਗੇ ਪੜ੍ਹਾ ਸਕਦਾ। ਇਹ ਪਾਬੰਦੀਆਂ ਲਾਈਆਂ। ਹੁਣ ਚੌਥਾ ਆ ਗਿਆ ਵਿਚਾਰਾ ਸੂਦਰ, ਉਹਨੂੰ ਡਿਊਟੀ ਹੈ, ਤੂੰ ਸਾਰਿਆਂ ਦੀ ਸੇਵਾ ਹੀ ਕਰਨੀ ਹੈ ਬਸ, ਤੂੰ ਸਭ ਦੇ ਜੋੜੇ ਹੀ ਝਾੜਨੇ ਨੇ, ਝਾੜੂ ਮਾਰਨਾ, ਜਲ ਛਿੜਕਣਾ, ਸਭ ਦੀ ਸੇਵਾ ਹੀ ਕਰਨੀ ਹੈ। ਇਹ ਬਾਣੀ 'ਚ ਲਿਖਿਆ ਬਚਨ ਹੈ, ਸੂਦਰ ਸ਼ਬਦੰ ਪਰਾ ਕਿਰਤ ਹੈ। ਉਹਦਾ ਆਪਦਾ ਕੋਈ ਕੰਮ ਨਹੀਂ, ਦੂਜਿਆਂ ਦੀ ਸੇਵਾ ਹੀ ਕਰਨੀ ਹੈ ਉਹਨੇ। ਹੁਣ ਜਿੱਥੇ ਆ ਗਈ ਵੇਦ ਸ਼ਾਸਤਰ ਪਾਠ ਦੀ ਗੱਲ,
ਉਹਨੂੰ ਹੁਕਮ ਸੀ ਤੂੰ ਵੇਦ ਸ਼ਾਸਤਰ ਪੜ੍ਹਨਾ ਤਾਂ ਕੀ ਤੂੰ ਤਾਂ ਕੰਨਾਂ ਨਾਲ ਸੁਣ ਵੀ ਨਹੀਂ ਸਕਦਾ। ਗਜਖੇ ਆਖੋ ਸਤ, ਕੰਨਾਂ ਨਾਲ ਸੁਣ ਵੀ ਨਹੀਂ ਸਕਦਾ, ਤੂੰ ਸੂਦਰ ਹੈ। ਤੁਰਿਆ ਜਾਂਦਾ ਕਿਤੇ ਕਥਾ ਹੁੰਦੀ ਹੋਵੇ ਤਾਂ ਕੰਨਾਂ 'ਚ ਉਂਗਲੀਆਂ ਦੇਣੀਆਂ ਨੇ। ਉੱਥੇ ਮੈਨੂੰ ਸਿਮਰਤੀ ਪੜ੍ਹ ਲਿਓ, ਕਦੇ ਹਿੰਦੁਸਤਾਨ ਦੇ ਗ੍ਰੰਥ ਹੈ, ਕੰਨਾਂ 'ਚ ਉਂਗਲੀਆਂ ਦੇ ਕੇ ਲੰਘਣਾ ਹੈ, ਮੇਰੇ ਕੰਨਾਂ 'ਚ ਕਿਤੇ ਕਥਾ ਦੀ ਆਵਾਜ਼ ਨਾ ਪੈ ਜੇ, ਕਥਾ ਭਿੱਟੀ ਜਾਊਗੀ। ਕਿੰਨਾ ਸਾਨੂੰ ਲੁੱਟਿਆ ਕੁੱਟਿਆ ਦੁਰਕਾਰਿਆ ਫਿਟਕਾਰਿਆ, ਜੇ ਤੂੰ ਮੂੰਹ ਤੋਂ ਰਾਮ ਜਾਂ ਅੱਲਾ ਕਹਿਤਾ ਤੇਰੀ ਜੀਭ ਕੱਟ ਦਿੱਤੀ ਜਾਊਗੀ। ਜੇ ਕੰਨਾਂ ਨਾਲ ਤੂੰ ਕਥਾ ਸੁਣ ਲਈ ਭੁਲੇਖੇ ਨਾਲ ਵੀ ਤੇਰੇ ਕੰਨਾਂ ਸਿੱਕਾ ਢਾਲ ਕੇ ਪਾ ਦਿੱਤਾ ਜਾਊ, ਮੁੜ ਕੇ ਸੁਣਨ ਜੋਗਾ ਹੀ ਨਾ ਰਹੇ। ਆਹ ਹਾਲ ਸੀ ਹਿੰਦੁਸਤਾਨ ਦਾ। ਇਹ ਤਾਂ ਭਗਤਾਂ ਨੇ ਕਿਰਪਾ ਕੀਤੀ, ਭਗਤਾਂ ਨੇ ਨਾਰਾ ਲਾਇਆ, ਆਵਾਜ਼ ਬੁਲੰਦ ਕੀਤੀ, ਇਨਕਲਾਬ ਲਿਆਂਦਾ ਭਗਤਾਂ ਨੇ। ਭਗਤ ਨਾਮਦੇਵ ਜੀਆਂ ਨੇ, ਭਗਤ ਰਵਿਦਾਸ ਜੀਆਂ ਨੇ, ਜਿੰਨੇ ਭਗਤ ਸਾਰੇ ਸੈਣ ਜੀ ਕਬੀਰ ਜੀ, ਇਹਨਾਂ ਨੇ ਇਨਕਲਾਬ ਲਿਆਂਦਾ। ਇਹ ਇਨਕਲਾਬੀ ਸੰਤ ਨੇ, ਜਿੰਨੇ ਸਾਰੇ ਭਗਤ ਨੇ, 11 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ, ਸਾਰੇ ਇਨਕਲਾਬੀ ਨੇ। ਤੇ ਫਿਰ ਇਨਕਲਾਬ ਗੁਰੂ ਨਾਨਕ ਨੇ ਲਿਆਂਦਾ, ਦਸਾਂ ਪਾਤਸ਼ਾਹੀਆਂ ਲਿਆਂਦਾ, ਬਰਾਬਰਤਾ ਲਿਆਤੀ, ਸਾਰੇ ਬਰਾਬਰ ਨੇ, ਕੋਈ ਉੱਚਾ ਨੀਵਾਂ ਨਹੀਂ। ਹੁਣ ਉਹਨਾਂ ਚਾਰੇ ਸ਼੍ਰੇਣੀਆਂ ਬਾਬਤ ਗੁਰੂ ਗ੍ਰੰਥ ਸਾਹਿਬ ਲਿਖਿਆ, ਵਚਨ ਸੁਣਿਓ। ਮਹਾਰਾਜ ਕਹਿੰਦੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਹੁ ਸਾਂਝਾ। ਉਹ ਆ ਜਾਓ ਸਾਰਿਓ, ਇਹ ਬਾਣੀ ਤੁਹਾਡੇ ਸਾਰਿਆਂ ਵਾਸਤੇ, ਕੋਈ ਸੁਣ ਲਿਓ, ਕੋਈ ਪੜ੍ਹ ਲਿਓ, ਕੋਈ ਪਾਬੰਦੀ ਨਹੀਂ। ਅਜਿਖੇ ਆਖੋ ਸਤਨਾਮ, ਕੋਈ ਸ਼ਰਤ ਨਹੀਂ ਵੀ ਕਿਹੜਾ ਪੜੂ ਕਿਹੜਾ ਸੁਣੂ, ਕਿਹਨੂੰ ਲਾਭ ਦੂ ਕਿਹਨੂੰ ਨਹੀਂ ਲਓ, ਸਾਰੇ ਜਿਹੜਾ ਪੜ੍ਹ ਦੂ ਉਹਨੂੰ ਲਾਭ, ਜਿਹੜਾ ਸੁਣ ਦੂ ਉਹਦਾ ਹੀ ਫਾਇਦਾ। ਆ ਇਹ ਸਾਂਝੀ ਗੁਰਬਾਣੀ, ਤਾਂ ਸਰਬ ਸਾਂਝੀ ਗੁਰਬਾਣੀ ਦਾ ਦਰਜਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ। ਦੁਨੀਆ 'ਚ ਇੱਕੋ ਹੀ ਗ੍ਰੰਥ ਨੇ ਜਿਹੜੇ ਸਭ ਦੇ ਸਾਂਝੇ ਨੇ, ਇਹਨੂੰ ਕੋਈ ਪੜ੍ਹ ਸਕਦਾ, ਕੋਈ ਗਾ ਸਕਦਾ, ਕੋਈ ਸੁਣ ਸਕਦਾ, ਕੋਈ ਕੀਰਤਨ ਕਰ ਸਕਦਾ ਇਹਦਾ। ਕੋਈ ਘਰੇ ਗੁਟਕਾ ਲਿਆ ਕੇ ਰੱਖ ਲਓ, ਕੋਈ ਪਾਬੰਦੀ ਨਹੀਂ। ਕੋਈ ਆ ਕੇ ਮੱਥਾ ਟੇਕ ਦਿਓ, ਕੋਈ ਪਾਬੰਦੀ ਨਹੀਂ। ਕੋਈ ਅਰਦਾਸ ਕਰ ਲਓ, ਸਭ ਦੀਆਂ ਆਸਾਂ ਪੂਰੀਆਂ। ਸੋ ਐਸਾ ਮਹਾਰਾਜ ਨੇ ਇਹਨਾਂ ਸਾਨੂੰ ਵਰਨ ਭੇਖਾਂ ਤੋਂ ਉੱਪਰ ਚੱਕਿਆ, ਖਤਮ ਕਰਤੀਆਂ ਮਾਰੇ ਵਰਨ ਵੰਡਾਂ ਸੀ ਜਿਹੜੀਆਂ। ਤੋ ਇੱਥੇ ਫਿਰ ਉਹੀ ਵਚਨ ਚੱਲ ਰਿਹਾ ਸੀ ਅੱਜ, ਭਾਵੇਂ ਉਸ ਏਮਨਾਬਾਦ ਵਿੱਚ ਬ੍ਰਾਹਮਣ ਵੀ ਰਹਿੰਦੇ ਨੇ, ਖੱਤਰੀ ਵੀ ਰਹਿੰਦੇ ਨੇ, ਵੈਸ ਵੀ ਰਹਿੰਦੇ ਨੇ, ਉਹਨਾਂ ਤਿੰਨਾਂ ਨੂੰ ਛੱਡ ਕੇ ਜਿਹੜਾ ਸੂਦਰ ਤਰਖਾਣ ਹੈ, ਉਹ ਤਰਖਾਣ ਸੂਦਰ ਕੈਟਾਗਰੀ ਵਿੱਚ ਆਉਂਦਾ ਸੀ, ਜਿਹਨੂੰ ਸਭ ਨੇ ਮਾੜਾ ਕਿਹਾ, ਸੂਦਰ ਕਿਹਾ, ਗੁਰੂ ਨਾਨਕ ਉਹਦੇ ਹੀ ਘਰ ਰਹਿਣ ਲੱਗੇ ਨੇ। ਅਜਿਖੇ ਆਖੋ ਸਤਿਨਾਮ।